ਰਜੌਰੀ ਦੇ ਥਾਣਾ ਮੰਡੀ ਇਲਾਕੇ ਵਿੱਚ ਗ੍ਰੈਨੇਡ ਫਟਣ ਦੇ ਨਾਲ 15 ਸਾਲਾਂ ਦੇ ਬੱਚੇ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੱਚਾ ਆਪਣੀ ਬੱਕਰੀਆਂ ਚਰਾ ਰਿਹਾ ਸੀ ਤਦੇ ਉਸ ਨੂੰ ਖੇਤਾਂ ਵਿੱਚੋਂ ਕੋਈ ਚੀਜ਼ ਮਿਲੀ। ਬੱਚੇ ਨੇ ਉਸ ਨੂੰ ਜਿਉਂ ਹੀ ਚੁੱਕਿਆ ਤਾਂ ਉਹ ਫਟ ਗਈ ਅਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ। ਪੁਲਿਸ ਨੇ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਇਲਾਕੇ ਦੀ ਤਲਾਸ਼ੀ ਆਰੰਭੀ ਗਈ ਹੈ। ਪੁਲਿਸ ਨੂੰ ਤਲਾਸ਼ੀ ਦੌਰਾਨ ਗ੍ਰੈਨੇਡ ਦਾ ਇੱਕ ਪਿੰਨ ਮਿਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੇ ਨੇ ਕਿ ਆਖਿਰ ਇਹ ਸਭ ਕਿਵੇਂ ਹੋਇਆ। ਪੁਲਿਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਅੱਤਵਾਦੀਆਂ ਨੇ ਇੱਥੇ ਆਪਣਾ ਸਮਾਨ ਛੁਪਾਇਆ ਹੋਵੇ। सुबह ये जब घर से निकला खाना वाना खा के तो भेड़ बकरी के साथ गया चराने के लिए उनको। तो बाद में जब 11:15 का टाइम था तो हमने सोचा क्यों नहीं आया है, तो हमने अपनी भाभी को भेजा, बोला जाओ उसको देखो वो क्यों नहीं आया। तो जब वो वहाँ पहुँची तो वहाँ ये इंटरप्ट हुआ था, धमाके की आवाज़ बहुत खतरनाक आवाज़ थी। खबरों की दुनिया में आओ साडे नाल कदे भी किते भी जुड़ो। आपा मिलांगे फेसबुक ते, असे दिखांगे यूट्यूब ते, सानू फॉलो करो ट्विटर ते। खबरां नाल जुड़े रहो दिन रात।